ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਆਪਣੇ ਘਰਾਂ ਦਾ ਘਰੇਲੂ ਲੋਡ ਚੈੱਕ ਕਰਨਾ ਸਿੱਖਦੇ ਹਾਂ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਆਪਾਂ ਨੂੰ ਆਪਣੇ ਘਰ ਦਾ ਐਗਜੈਕਟ ਲੋਡ ਨਾ ਪਤਾ ਹੋਣ ਕਾਰਨ ਬਹੁਤ ਵਾਰ ਆਪਾਂ ਮਹਿਕਮੇ ਦੇ ਜੁਰਮਾਨੇ ਦਾ ਸ਼ਿਕਾਰ ਹੋ ਜਾਂਦੇ ਹਾਂ। ਜਿਸ ਕਰਕੇ ਇੱਕ ਤੋਂ ਅੱਜ ਮੈਂ ਸਿੰਪਲ ਅਤੇ ਨੋਰਮਲ ਤਰੀਕੇ ਨਾਲ ਦੱਸਾਂਗਾ ਅਤੇ ਤੁਸੀਂ ਈਜ਼ਲੀ ਆਪਣੇ ਘਰ ਦਾ ਲੋਡ ਚੈੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਮੇਨ ਇੱਕ ਲੈਂਪ ਹੁੰਦੇ ਨੇ, ਫੈਨ, ਸਿੰਪਲ ਪਲੱਗ, ਪਾਵਰ ਪਲੱਗ, ਏਸੀ, ਗੀਜ਼ਰ ਐਂਡ ਸਮਰਸੀਬਲ ਮੋਟਰ ਜਾਂ ਫਿਰ ਹੋਰ ਕੋਈ ਵੀ ਟੋਕਾ ਮੋਟਰ, 1 VHP, 2 HP, 3 VHP। ਸਭ ਤੋਂ ਪਹਿਲਾਂ ਜਿਹੜੇ ਆਪਣੇ ਲੈਂਪ ਨੇ, ਇਸ ਦੀ ਰੇਟਿੰਗ ਆਪਾਂ ਲੈਣੀ ਆ 40 ਵਾਟ। ਜੋ ਮਹਿਕਮੇ ਦਾ ਰੂਲ ਆ, ਇਸ ਦੇ ਵਿੱਚ ਆਪਾਂ ਨੇ ਟੋਟਲ ਲੈਂਪਸ ਦਾ ਹਾਫ ਟੂ ਕਾਊਂਟ ਕਰਨਾ, ਹਾਫ ਟੂ ਵੀ ਕੈਲਕੂਲੇਟਡ। ਜਿਵੇਂ ਕਿ ਤੁਹਾਡੇ ਘਰ ਵਿੱਚ ਸਪੋਜ 40 ਸਵਿੱਚਾਂ ਲੱਗੀਆਂ ਹੋਈਆਂ ਨੇ, ਪਹਿਲਾਂ ਟੋਟਲ ਤੁਸੀਂ 40 ਸਵਿੱਚਾਂ ਕਾਊਂਟ ਕਰ ਲਓ ਅਤੇ ਉਸਨੂੰ ਉਸ ਤੋਂ ਬਾਅਦ ਹਾਫ ਕਰਨੀਆਂ ਨੇ, ਮਤਲਬ ਟੋਟਲ 20 ਰਹਿ ਗਈਆਂ। 20 ਨੂੰ ਫਿਰ 40 ਨਾਲ ਮਲਟੀਪਲਾਈ ਕਰਕੇ ਆਪਣੇ ਕੋਲ 800 ਵਾਟ, ਮਤਲਬ ਤੁਹਾਡੇ ਲੈਂਪਸ ਦਾ ਲੋਡ 800 ਵਾਟ ਆ ਗਿਆ ਹੈ। ਇਸੇ ਤਰ੍ਹਾਂ ਜਿਹੜਾ ਫੈਨ ਦੀ ਵਾਟੇਜ ਆ ਉਹ ਆਪਾਂ ਲੈਣੇ ਆ 60 ਵਾਟ। ਇਹ ਆਪਾਂ ਕੈਲਕੂਲੇਟ ਕਰ ਲੈਣੇ 1/3, ਮਤਲਬ 3 ਪੱਖਿਆਂ ਦਾ 1 ਪੱਖਾ। ਇਹੀ ਚੀਜ਼ਾਂ ਆਪਾਂ ਨੂੰ ਆਮ ਜ਼ਿੰਦਗੀ ਵਿੱਚ ਨਹੀਂ ਪਤਾ ਵੀ ਆਪਾਂ ਕਿੰਨੇ ਪੱਖਿਆਂ ਤੇ ਕਿੰਨੇ ਪੱਖੇ ਲੈਣੇ ਨੇ। ਉਸ ਤੋਂ ਬਾਅਦ ਆਪਣੇ ਹੈਗੇ ਨੇ ਵਾਲ ਸ਼ੋਕਟ ਜਾਂ ਆਪਾਂ ਕਹਿ ਦਈਏ ਆਪਣੇ ਪਲੱਗ। ਇਹ ਆਪਣੀ ਰੇਟਿੰਗ ਹੈਗੀ ਇਸ ਦੀ ਵੀ 60 ਵਾਟ। ਇਹ ਆਪਾਂ ਕੈਲਕੂਲੇਟ ਕਰ ਲੈਣੇ 1/4, 4 ਪਲੱਗਾਂ ਦਾ 1 ਪਲੱਗ। ਜੋ ਪਾਵਰ ਪਲੱਗ ਹੁੰਦਾ ਆਪਣਾ, ਇਸ ਦੀ ਰੇਟਿੰਗ ਹੁੰਦੀ ਆ 1000 ਵਾਟ। ਇਹ ਆਪਾਂ ਨੇ 1/4, ਇਹ ਵੀ ਆਪਾਂ 4 ਪਾਵਰ ਪਲੱਗ ਦਾ 1 ਪਲੱਗ ਲੈਣਾ ਹੈ। ਹੁਣ ਗੱਲ ਕਰਦੇ ਆਪਾਂ ਏਸੀ ਦੀ। ਏਸੀ ਦੇ ਵਿੱਚ 2 ਕੈਟਾਗਰੀ ਨੇ, ਇੱਕ ਹੁੰਦੀ ਆਪਣੀ ਨੋਨ ਸਟੈਂਡਰਡ, ਦੂਸਰਾ ਹੁੰਦਾ ਆਪਣੇ ਕੋਲ ਸਟੈਂਡਰਡ ਏਸੀ। ਜਿਹੜਾ ਤਾਂ ਸਟੈਂਡਰਡ ਏਸੀ ਹੁੰਦਾ ਆ, ਇਸ ਦੇ ਉੱਪਰ ਤਾਂ ਜਿਹੜੀ ਆਪਣੀ ਰੇਟਿੰਗ ਪਲੇਟ ਲੱਗੀ ਹੁੰਦੀ ਆ, ਉਸਦੇ ਹਿਸਾਬ ਨਾਲ ਆਪਾਂ ਉਸਦੀ ਵਾਟੇਜ ਚੈੱਕ ਕਰਨੀ ਆ। ਨੋਰਮਲੀ 1760 ਵਾਟ, ਜਾਂ ਆਪਾਂ ਉਸ 'ਤੇ ਲਿਖਿਆ ਹੁੰਦਾ ਉੱਥੇ ਪਾਵਰ ਇਨਪੁੱਟ। ਜੋ ਪਾਵਰ ਇਨਪੁੱਟ ਦੀ ਰੇਟਿੰਗ ਹੋਊਗੀ ਉਹ ਤੁਹਾਡੇ ਏਸੀ ਦੀ ਰੇਟਿੰਗ ਹੋਊਗੀ। ਜਿਹੜੇ ਨੋਨ ਸਟੈਂਡਰਡ ਏਸੀ ਨੇ, ਜਿਵੇਂ ਕਿ ਜਿਹੜੇ ਪੁਰਾਣੇ ਏਸੀ ਨੇ ਜਿਹਨਾਂ ਦਾ ਵੀ ਰੇਟਿੰਗ ਪਲੇਟ ਨਹੀਂ ਲੱਗੀ ਹੈਗੀ, ਉਹ ਨੋਰਮਲ 'ਚ 1 ਟਨ ਦਾ, ਚਾਹੇ 1.5 ਟਨ ਦਾ, ਸਾਰੇ ਦੇ ਸਾਰੇ 2500 ਵਾਟ, ਮਤਲਬ 2.5 ਕਿਲੋ ਵਾਟ ਵਿੱਚ ਕਾਊਂਟ ਕੀਤੇ ਜਾਂਦੇ ਨੇ ਨੋਨ ਸਟੈਂਡਰਡ ਏਸੀ। ਜਿਹੜੇ ਸਟੈਂਡਰਡ ਏਸੀ ਨੇ ਉਹ ਆਪਾਂ ਉਸਦੀ ਰੇਟਿੰਗ ਪਲੇਟਸ ਦੇ ਕੇ ਡਿਫਾਈਨ ਕਰ ਸਕਦੇ ਹਾਂ। ਜੇ ਪਲੇਟ ਲੱਗੀ ਹੋਈ ਹੈ ਤਾਂ ਉਸ ਪਲੇਟਿੰਗ ਦਾ ਲਵਾਂਗੇ, ਅਗਰ ਨਹੀਂ ਹੈਗੀ ਤਾਂ ਨੋਰਮਲ ਆਪਾਂ 2.5 ਕਿਲੋ ਵਾਟ ਦਾ ਹੀ ਏਸੀ ਕਾਊਂਟ ਕੀਤਾ ਜਾਊਗਾ। ਗੀਜ਼ਰ, ਗੀਜ਼ਰ ਨੋਰਮਲ ਦੇ ਵਿੱਚ 2000 ਵਾਟ ਦਾ ਹੁੰਦਾ ਹੈ। ਬਟ ਇੱਥੇ ਇੱਕ ਚੀਜ਼ ਹੋਰ ਦੱਸਣ ਵਾਲੀ ਆ, ਜੇ ਗੀਜ਼ਰ ਤੁਹਾਡਾ ਪਾਵਰ ਪਲੱਗ ਥਰੂ ਕਨੈਕਟਡ ਹੈਗਾ ਆ, ਤਾਂ ਆਪਾਂ ਉਸਨੂੰ 1000 ਵਾਟ ਵਿੱਚ ਗਿਣਾਂਗੇ। ਉੱਥੇ ਲਿਖਿਆ ਜਾਊਗਾ ਗੀਜ਼ਰ ਕਨੈਕਟਡ ਔਨ ਪਾਵਰ ਪਲੱਗ, ਤਾਂ ਫਿਰ ਇਹ 1000 ਵਾਟ ਦਾ ਆਜੂਗਾ, ਅਗਰ ਤੁਹਾਡਾ ਗੀਜ਼ਰ ਕਨੈਕਟਡ ਔਨ ਪਾਵਰ ਪਲੱਗ ਆ।
ਦੈਨ ਲਾਸਟ ਵਿੱਚ ਆਪਣਾ ਹੈਗਾ ਸਬਰਸੀਬਲ ਮੋਟਰ, 1 BHP ਦਾ ਜਾਂ ਫਿਰ ਤੁਹਾਡਾ 1.5 BHP ਜਾਂ ਤੁਹਾਡੇ ਘਰ ਕੋਈ ਹੋਰ ਵੀ ਟੋਕਾ ਮੋਟਰ ਜਾਂ ਜੋ ਵੀ ਮੋਟਰ ਲੱਗੀ ਹੋਈ ਆ, ਜਿੰਨੇ ਵੀ BHP ਰੇਟਿੰਗ ਹੈਗੀ ਆ, 1 BHP ਨੂੰ ਵਾਟੇਜ ਬਣਾਉਣ ਵਾਸਤੇ 746 ਨਾਲ ਮਲਟੀਪਲਾਈ ਕਰ ਦਿਉ ਗੁਣਾ। 1 BHP ਮਤਲਬ 746 ਵਾਟ ਹੋ ਗਏ। ਜੇ ਇੱਦਾਂ ਹੀ ਤੁਹਾਡਾ 2 BHP ਆ ਤਾਂ 2 × 746 ਕਰ ਲਓ, 3 ਹੈਗਾ 3 × 746 ਕਰ ਲਓ। ਲਾਸਟ ਵਿੱਚ ਇੱਕ ਆਪਣਾ ਮੇਨ ਪੁਆਇੰਟ ਰਹਿ ਜਾਂਦਾ ਆਪਣੇ ਘਰਾਂ ਵਿੱਚ ਅਕਸਰ ਹੁੰਦਾ ਆ ਵੀ ਆਪਣੇ ਬਹੁਤ ਸਾਰੇ ਬੱਲਬ ਜਾਂ ਟਿਊਬਸ ਇੱਕ ਪਲੱਗ ਨਾਲ ਕਨੈਕਟ ਕੀਤੇ ਜਾਂਦੇ ਨੇ, ਜਿਵੇਂ ਕਿ ਆਪਣੇ ਜਿਹੜੇ ਬਾਹਰ ਆਪਣੀ ਲਾਈਟਿੰਗ ਕੀਤੀ ਜਾਂਦੀ ਹੈ ਆਊਟਡੋਰ ਦੇ ਵਿੱਚ, ਉਹਨਾਂ ਦਾ ਯਾਤਰਾ ਬੱਲਬ ਇੱਕ ਹੀ ਕਾਊਂਟ ਕੀਤਾ, ਉਹਨਾਂ ਦਾ ਲੋਡ ਕਿਵੇਂ ਚੈੱਕ ਕਰਨਾ ਆ। ਸਪੋਜ਼ ਕਰ ਲਓ ਤੁਹਾਡੇ ਇੱਕ ਬੱਲਬ ਦੇ ਨਾਲ, ਇੱਕ ਪਲੱਗ ਦੇ ਨਾਲ, ਸੋਰੀ, ਇੱਕ ਸਵਿੱਚ ਦੇ ਨਾਲ 12 ਬੱਲਬ ਕਨੈਕਟ ਕੀਤੇ ਹੋਏ ਨੇ ਅਤੇ ਇੱਕ ਬੱਲਬ ਦੀ ਰੇਟਿੰਗ 40 ਵਾਟ ਦੀ ਹੈ, ਤਾਂ ਉਸ ਕੇਸ ਦੇ ਵਿੱਚ ਆਪਾਂ 12 × 40 ਹੀ ਕਰਾਂਗੇ, ਮਤਲਬ ਕਿ 12 ਬੱਲਬ ਮਲਟੀਪਲਾਈ ਬਾਏ 40 ਵਾਟੇਜ, ਉਹ ਤੁਹਾਡਾ ਇਸਦੀ ਟੋਟਲ ਵਾਟੇਜ ਆਏਗੀ। ਕਾਰਨ ਕੀ ਆ, ਕਿਉਂਕਿ ਉਹ ਇੱਕ ਸਵਿੱਚ ਨਾਲ ਹੀ ਕਨੈਕਟ ਕੀਤੇ ਹੋਏ ਨੇ, ਇਸ ਕਰਕੇ ਉਸਨੂੰ ਆਪਾਂ ਟੋਟਲ ਦਾ ਟੋਟਲ ਹੀ ਕਾਊਂਟ ਕਰਾਂਗੇ। ਇਹ ਆਪਣੇ ਕੋਲ ਸਿੰਪਲ ਜਿਹਾ ਤਰੀਕਾ ਇੱਕ ਆਪਣਾ ਵਾਟੇਜ ਚੈੱਕ ਕਰਨ ਦਾ, ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਇੱਥੇ ਏਸੀ ਵਿੱਚ ਤੁਹਾਨੂੰ ਇੱਕ ਗੱਲ ਦੱਸਣੀ ਰਹੇਗੀ, ਏਸੀ ਦਾ ਵੀ ਆਪਾਂ ਹਾਫ ਟੂ ਵੀ ਕੈਲਕੂਲੇਟ ਕਾਊਂਟ ਕਰਨਾ, ਮਤਲਬ 2 AC ਨਾਲ 1 AC, ਅਗਰ ਤੁਹਾਡੇ ਘਰ ਵਿੱਚ 1 AC ਲੱਗਿਆ ਹੋਇਆ ਤਾਂ ਵੀ 1 ਕਿੰਨਾ, 2 ਲੱਗੇ ਹੋਏ ਨੇ ਤਾਂ ਵੀ 1 ਕਿੰਨਾ, 3 ਲੱਗੇ ਹੋਏ ਨੇ ਤਾਂ 2, 4 ਲੱਗੇ ਹੋਏ ਨੇ ਤਾਂ ਵੀ 2 ਕਿੰਨੇ ਨੇ, ਆਪਾਂ ਨੇ ਏਸੀ ਦਾ ਵੀ ਇੱਦਾਂ ਹੀ ਹਾਫ ਟੂ ਕੈਲਕੂਲੇਟ ਹੁੰਦਾ। ਹੁਣ ਆਪਾਂ ਕੋਲ ਇੱਕ ਐਗਜ਼ਾਮਪਲ ਆਪਾਂ ਲੋਡ ਕੈਲਕੂਲੇਟ ਕਰਨਾ ਸਿੱਖ ਰਹੇ ਹਾਂ। ਕੈਲਕੂਲੇਟ ਦਾ ਕਨੈਕਟਡ ਲੋਡ ਆਫ ਦਾ ਡੋਮੈਸਟਿਕ ਕੰਜ਼ਿਊਮਰ ਹੈਵਿੰਗ ਫੋਲਿੰਗ ਆਪਰੇਟਰਸ, ਕਿਸੇ ਆਪਾਂ ਲੋਡ ਚੈੱਕ ਕਰਨਾ ਜਿਸ ਘਰ ਦੇ ਵਿੱਚ ਬੱਲਬ ਅਤੇ ਟਿਊਬਸ ਕਿੰਨੇ ਨੇ, 31, ਫੈਨ 7, ਨੋਰਮਲ ਪਲੱਗ 15, ਪਾਰ ਪਲੱਗ 4, ਉਸਦੇ ਵਿੱਚ ਆਊਟ ਆਫ ਵਿੱਚ 2 ਨੰਬਰ ਯੂਜ ਫੋਰ ਏਸੀ, ਮਤਲਬ ਟੋਟਲ 4 ਪਾਵਰ ਪਲੱਗ ਲੱਗੇ ਨੇ, ਉਹਦੇ ਵਿੱਚ 2 ਪਾਵਰ ਪਲੱਗ ਦੇ ਵਿੱਚ ਏਸੀ ਕਨੈਕਟ ਕੀਤੇ ਹੋਏ ਨੇ, 2 BHP ਮੋਟਰ ਫੋਰ ਵਾਟਰ ਸਪਲਾਈ, 20 ਨੰਬਰ ਬੱਲਬ ਹੈਵਿੰਗ ਕਪੈਸਿਟੀ 12 ਵਾਟ ਈਚ ਰਨਿੰਗ ਔਨ 1 ਸਵਿੱਚ, ਮਤਲਬ 1 ਸਵਿੱਚ ਤੋਂ 20 ਬੱਲਬ ਚੱਲਦੇ ਨੇ ਜਿਨ੍ਹਾਂ ਦੀ ਕਪੈਸਿਟੀ 12 ਵਾਟ ਦੀ ਆ। ਹੁਣ ਆਪਾਂ ਇਸਦਾ ਲੋਡ ਕੈਲਕੂਲੇਟ ਕਰਨਾ ਸਿੱਖਦੇ ਹਾਂ। ਹਾਂਜੀ, ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਜਿਹੜੇ ਬੱਲਬ ਨੇ ਆਪਾਂ ਕਿੰਨੇ ਕਾਊਂਟ ਕਰਨੇ ਨੇ, ਹਾਫ। ਹੁਣ ਇੱਥੇ ਅਗਰ ਆਪਣੇ ਕੋਲ ਔਡ ਵੈਲਿਊ ਆ ਜਾਵੇ ਤਾਂ ਕਿਵੇਂ ਕੈਲਕੂਲੇਟ ਕਰਨਾ, 31 ਇਸਦਾ 31 ਦਾ ਆਪਾਂ ਔਡ ਵੈਲਿਊ ਮਤਲਬ ਇਸ ਤੋਂ ਇੱਕ ਵਧਾ ਕੇ ਰਹਿਣਾ 32, ਮਤਲਬ ਆਪਣੇ ਕੋਲ ਟੋਟਲ ਬੱਲਬ ਆ ਗਿਆ ਆਪਣੇ ਕੋਲ 31 ਨੇ, ਤਾਂ ਇਸਦਾ ਹਾਫ ਕਿਵੇਂ ਲਵਾਂਗੇ ਆਪਾਂ, ਇਸ ਤੋਂ ਵਧਾ ਕੇ 32, ਤਾਂ ਉਸਦਾ ਹਾਫ ਕਿੰਨਾ ਹੋ ਗਿਆ, 16, 1 ਦੀ ਰੇਟਿੰਗ ਕਿੰਨੀ ਸੀ ਆਪਣੇ ਕੋਲ, 40, ਮਤਲਬ 640 ਵਾਟ ਦੇ ਬੱਲਬ ਆ ਗਏ ਆਪਣੇ ਕੋਲ। ਨੈਕਸਟ ਆਪਣੇ ਕੋਲ ਹੈਗਾ ਫੈਨ, ਫੈਨ ਕਿੰਨੇ ਨੇ, 7, ਇਹ ਆਪਾਂ ਕਿੰਨੇ ਕਰਨੇ ਸੀ, 1/3, ਹੁਣ 3, ਹੁਣ 7 ਫਿਰ ਔਡ ਆ ਗਿਆ, 7 ਦਾ ਅੱਗੇ ਆਪਾਂ 3 ਦਾ ਮਲਟੀਪਲ ਦੇਖ ਲਓ ਕਿਹੜਾ 7 ਤੋਂ ਅੱਗੇ, 9, ਮਤਲਬ 9 ਨੂੰ 3 ਤੇ ਡਿਵਾਈਡ ਕਰ ਲਓ, ਕਿੰਨੇ ਆ ਗਏ ਆਪਣੇ ਕੋਲ, 3, 1 ਦੀ ਰੇਟਿੰਗ ਕਿੰਨੀ, 60, ਇਹ ਆਪਣੇ ਕੋਲ ਕਿੰਨਾ ਆ ਗਿਆ, 180 ਵਾਟ। ਨੈਕਸਟ ਆਪਣਾ ਕੋਲ ਆ ਗਿਆ ਪਲੱਗ, ਪਲੱਗ ਕਿੰਨੇ ਨੇ, 15, ਪਲੱਗ ਆਪਣੇ ਕੋਲ ਕਿੰਨੇ ਸੀ, 60 ਵਾਟ ਦਾ ਈਚ, 1/4, ਹੁਣ ਦੇਖੋ 15, 4 ਦਾ ਮਲਟੀਪਲ, ਇਸ ਤੋਂ ਮਲਟੀਪਲ ਕਿਹੜਾ ਆ 15 ਤੋਂ ਅੱਗੇ, 16, ਮਤਲਬ 16 ਦਾ ਹਾਫ ਕਰਕੇ ਕਿੰਨੇ ਰਹਿ ਗਏ, 4, 1 ਦੀ ਰੇਟਿੰਗ ਕਿੰਨੀ ਹੈ, 60, ਮਤਲਬ 240 ਵਾਟ ਆ ਗਿਆ। ਹੁਣ ਅੱਗੇ ਆਪਣੇ ਕੋਲ ਆ ਗਏ ਪਾਵਰ ਪਲੱਗ, ਟੋਟਲ ਆਪਣੇ ਕੋਲ ਪਾਵਰ ਪਲੱਗ ਆ ਗਏ ਨੇ
ਚਾਰ, ਬਟ ਕੁਐਸਚਨ ਵਿੱਚ ਉਹਨਾਂ ਨੇ ਕੀ ਮੈਂਸ਼ਨ ਕਰਤਾ ਵੀ ਦੋ ਏਸੀ ਆਪਣੇ ਕਨੈਕਟਡ ਔਨ ਨੇ ਪਾਵਰ ਪਲੱਗ, ਮਤਲਬ ਟੋਟਲ ਚਾਰ ਪਾਵਰ ਪਲੱਗ ਆਪਣੇ ਘਰ ਵਿੱਚ ਲੱਗੇ ਨੇ, ਜਿਹਦੇ ਵਿੱਚ ਦੋ ਏਸੀ ਨੇ ਜਿਹੜੇ ਉਹ ਪਾਵਰ ਪਲੱਗ ਦੇ ਥਰੂ ਕਨੈਕਟਡ ਨੇ। ਮਤਲਬ ਆਪਣੇ ਕੋਲ ਨੋਰਮਲ ਜੋ ਪਾਵਰ ਪਲੱਗ ਦੇਖੀਏ ਆਪਣੇ ਕਿੰਨੇ ਰਹਿ ਗਏ ਫਿਰ, ਦੋ ਨੰਬਰ। ਇਹ ਆਪਾਂ ਦੇਖਿਆ ਸੀ ਪਾਵਰ ਪਲੱਗ ਆਪਾਂ ਕਿੰਨੇ ਕਾਊਂਟ ਕਰਨੇ ਨੇ, 1/4। ਮਤਲਬ ਆਪਾਂ ਚਾਰ ਪਾਵਰ ਪਲੱਗਾਂ ਦਾ ਇੱਕ ਪਾਵਰ ਪਲੱਗ ਲੈਣਾ, ਇੱਥੇ ਆਪਣੇ ਕੋਲ ਦੋ ਨੇ, ਇੱਕ ਹੋਵੇ, ਦੋ ਹੋਵੇ, ਤਿੰਨ ਹੋਵੇ ਜਾਂ ਚਾਰ, ਉਹਨਾਂ ਦਾ ਇੱਕੀ ਕਾਊਂਟ ਕੀਤਾ ਜਾਊਗਾ। ਮਤਲਬ ਇੱਕ ਇਸ ਰੇਟਿੰਗ ਕਿੰਨੀ ਹੈ, 1000 ਵਾਟ, 1000 ਵਾਟ ਆ ਗਿਆ ਸੀ। ਅੱਗੇ ਆਪਣਾ ਹੈਗਾ ਏਸੀ। ਹੁਣ ਦੇਖੋ ਇਹਨਾਂ ਨੇ ਕਿਹਾ ਸੀ ਕੁਸ਼ਚਨ ਦੇ ਵਿੱਚ, ਆਊਟ ਆਫ ਵਿੱਚ ਟੂ ਨੰਬਰ ਯੂਜ ਫੋਰ ਏਸੀ ਔਨ ਪਾਵਰ ਪਲੱਗ, ਦੋ ਨੰਬਰ ਏਸੀ ਔਨ ਪਾਵਰ ਪਲੱਗ ਥਰੂ ਕਨੈਕਟਡ ਨੇ। ਮਤਲਬ ਦੋ, ਬਟ ਆਪਾਂ ਏਸੀ ਵਿੱਚ ਵੀ ਆਪਾਂ ਕੀ ਦੇਖਿਆ ਸੀ ਜਾਂ ਪਾਵਰ ਪਲੱਗ ਵਿੱਚ ਵੀ 1/4, 2/2 ਇੰਟੋ। ਦੇਖੋ ਹੁਣ ਏਸੀ ਦੀ ਇੱਥੇ ਕੋਈ ਵੀ ਰੇਟਿੰਗ ਗਿਵਨ ਨਹੀਂ ਹੈਗੀ, ਮਤਲਬ ਆਪਣੇ ਕੋਲ ਨੌ ਸਟੈਂਡਰਡ ਏਸੀ ਹੈ, ਤਾਂ ਇਸਦੇ ਉੱਪਰ ਰੇਟਿੰਗ ਕੀ ਲਵਾਂਗੇ, 2500 ਵਾਟ। ਤਾਂ ਕਿੰਨਾ ਗਿਆ ਆਪਣੇ ਕੋਲ, ਦੋ ਏਸੀਆਂ ਦਾ ਇੱਕ ਏਸੀ ਕਾਊਂਟ ਕਰਕੇ 2500 ਵਾਟ। ਨੈਕਸਟ ਆਪਣੇ ਕੋਲ ਹੈਗਾ ਮੋਟਰ। ਕੁਐਸਚਨ 'ਚ ਗਿਵਨ ਆਪਾਂ ਨੂੰ 2 BHP ਮੋਟਰ ਫੋਰ ਵਾਟਰ ਸਪਲਾਈ, ਮਤਲਬ 2 BHP ਦੀ ਮੋਟਰ ਆਪਣੇ ਕੋਲ। ਤੁਹਾਨੂੰ ਦੱਸਿਆ ਉਹਨੇ BHP ਦੇ ਵਾਟੇਜ ਬਣਾਉਣ ਵਾਸਤੇ 746 ਦਾ ਉਸਨੂੰ ਗੁਣਾ ਕਰ ਦਿਓ, ਤੁਹਾਡੇ ਕੋਲ ਹੈਗਾ 1492 ਵਾਟ। ਦੈਨ ਨੈਕਸਟ ਲਾਸਟ ਵਨ ਇਜ 20 ਨੰਬਰ ਵੱਲਵ ਹੈਵਿੰਗ ਕਪੈਸਿਟੀ 12 ਵਾਟ ਈਚ ਰਨਿੰਗ ਔਨ ਵਨ ਸਵਿੱਚ। ਮਤਲਬ 20 ਨੰਬਰ ਵੱਲਵ ਨੇ ਈਚ ਦੀ ਕਪੈਸਿਟੀ 12 ਵਾਟ ਅਤੇ ਇੱਕ ਸਵਿੱਚ ਨਾਲ ਕਨੈਕਟਡ ਆ। ਇਹਦਾ ਲੋਡ ਚੈੱਕ ਕਰਨ ਵਾਸਤੇ ਆਪਾਂ ਟੋਟਲ ਦਾ ਟੋਟਲ ਲਵਾਂਗੇ, ਮੀਨਸ 20 ਬੱਲਬ ਇੰਟੂ 12 ਵਾਟ, ਇਹ ਆਪਣੇ ਕੋਲ ਆ ਗਿਆ 240 ਵਾਟ। ਹੁਣ ਟੋਟਲ ਵਾਟੇਜ ਦੀ ਕੈਲਕੂਲੇਸ਼ਨ ਕਰ ਲਓ, 640, 180, 220, 1000, 2500, 1492, 240, ਇਹ ਆਪਣੇ ਕੋਲ ਬਣ ਗਿਆ 6292 ਵਾਟ। ਕਿਲੋ ਵਾਟ ਵਿੱਚ ਕਨਵਰਟ ਕਰਨ ਵਾਸਤੇ ਇਸਨੂੰ 1000 ਨਾਲ ਡਿਵਾਈਡ ਕਰ ਦਿਓ, ਇਹ ਤੁਹਾਡਾ ਆ ਗਿਆ 6.292 ਵਾਟ। ਹੁਣ ਅਗਰ ਤੁਹਾਡਾ 6 ਤੋਂ ਸਮਥਿੰਗ ਕੁਛ ਵੀ ਉੱਪਰ ਆਉਂਦਾ ਹੈ, 6.1 ਆਉਂਦਾ, 6.2 ਆਉਂਦਾ, 6.3 ਆਉਂਦਾ, ਤਾਂ ਤੁਹਾਡਾ 7 ਕਿਲੋਵਾਟ ਦੇ ਵਿੱਚ ਗਿਣਿਆ ਜਾਊਗਾ ਜੀ। ਮਤਲਬ ਆਪਣਾ ਇਸ ਟੋਟਲ ਦਾ, ਇਸ ਘਰ ਦਾ ਟੋਟਲ ਲੋਡ ਕਿੰਨਾ ਚੈੱਕ ਕੀਤਾ ਗਿਆ, ਤਾਂ 7 ਕਿਲੋਵਾਟ। ਔਰ 7 ਕਿਲੋਵਾਟ ਤੱਕ ਆਪਣੀ ਜਿਹੜੀ ਸਪਲਾਈ ਹੁੰਦੀ ਸਿੰਗਲ ਫੇਸ ਰਹਿੰਦੀ, 7 ਕਿਲੋਵਾਟ ਤੋਂ ਉੱਪਰ ਆਪਣੀ ਸਪਲਾਈ 3 ਫੇਸ ਰਹਿੰਦੀ ਹੈ ਜੀ। ਇਹ ਸੀ ਆਪਾਂ ਕਿਸੇ ਵੀ ਘਰ ਦਾ ਬੜੇ ਹੀ ਆਸਾਨੀ ਤਰੀਕੇ ਨਾਲ ਲੋਡ ਚੈੱਕ ਕਰਨਾ। ਨੈਕਸਟ ਵੀਡੀਓ ਵਿੱਚ ਆਪਾਂ ਸਿੱਖਾਂਗੇ ਕਿਸੇ ਵੀ ਕਮਰਸ਼ੀਅਲ ਜਾਂ ਕੋਈ ਇੰਡਸਟਰੀ ਦਾ ਲੋਡ ਕਿਵੇਂ ਚੈੱਕ ਕੀਤਾ ਜਾਂਦਾ ਹੈ। ਧੰਨਵਾਦ।